ਦਾਦਾ ਜੀ ਅਸੀਂ ਕਦੀ ਸਮੁੰਦਰੀ ਕਦੀ ਲਾਹੌਰ ਕਦੀ ਖਿੱਦੇ ਵਾਲਾ ਕਦੀ ਕਮਾਲੀਆ ਕਦੀ ਮਾਮੂ ਕਾਂਜਨ ਕਦੀ ਗੋਜਰਾ ਹਾਂਜੀ ਕਦੀ ਟੋਬੇ ਕਦੀ ਪਿੰਡਾਂ 'ਚ ਵੀ ਜਾਂਦੇ ਹਾਂ ਹਾਂਜੀ ਲੇਕਿਨ ਜਦੋਂ ਦਾ ਕਰੋਨਾ ਵਾਇਰਸ ਆਇਆ ਕਰੋਨਾ ਵਾਇਰਸ ਨੇ ਸਭ ਕੁਛ ਬਦਲ ਕੇ ਦਿੱਤਾ ਅਥਲ ਫਥਲ ਹੋ ਗਈ ਜੀ ਲੋਕ ਮਹਦੂਦ ਹੋ ਗਏ ਆਪਣੀ ਜ਼ਿੰਦਗੀ ਵਿੱਚ ਵੀ ਬੇਸ਼ੁਮਾਰ ਹਜ਼ਾਰਾਂ ਲੋਕ ਮਰ ਗਏ ਹਜ਼ਾਰਾਂ ਲੋਕ ਜਿਹੜੇ ਆ ਉਹ ਬਿਮਾਰ ਨੇ ਔਰ ਇੱਕ ਕੁੱਟਣ ਦਾ ਮਾਹੌਲ ਆ ਪੈਨਿਕ ਦਾ ਮਾਹੌਲ ਬਣ ਗਿਆ ਲੋਕ ਬਾਹਰ ਨਿਕਲ ਤੋਂ ਖੌਫ ਜ਼ਦਾ ਨੇ ਜੀ ਲੇਕਿਨ ਅੱਜ ਅਸੀਂ ਆਏ ਸਾਂ ਮਿੱਠੂ ਨੂੰ ਮਿੱਠੂ ਕੋਲ ਹਾਂਜੀ ਦੁਬਾਰਾ ਚੈੱਕ ਕਰਨ ਵਾਸਤੇ ਕਿ ਮਿੱਠੂ ਜ਼ਿੰਦਗੀ ਕਿੱਦਾਂ ਗੁਜ਼ਰਦੀ ਪਈ ਹੈ ਤੋ ਬੜੀ ਅੱਛੀ ਗੁਜ਼ਰਦੀ ਪਈ ਹੈ ਹਾਂਜੀ ਸ਼ੁਕਰ ਅੱਲਾ ਪਾਕ ਸਾਨੂੰ ਕੁਝ ਮੌਕਾ ਮਿਲਿਆ ਕਿ ਅਸੀਂ ਆਪਣੇ ਜ਼ਿੰਦਗੀ ਦੇ ਕੁਝ ਲੰਮੇ ਜਿਹੜੇ ਨੇ ਉਹ ਤਰ੍ਹਾਂ ਨੇਚਰ ਨਾਲ ਗੁਜ਼ਾਰੀਏ ਗੁਜ਼ਾਰੀਏ ਹਾਂਜੀ ਖੇਤਾਂ 'ਚ ਗੁਜ਼ਾਰੀਏ ਸਾਡੀ ਜ਼ਿੰਦਗੀ ਵੀ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਆ ਅਸੀਂ ਵੀ ਕਿਸੇ ਬਾਗ ਜਾਈਏ ਅਸੀਂ ਕਿਸੇ ਬਾਗ 'ਚੋਂ ਆਪਣੇ ਹੱਥ ਨਾਲ ਕਿੰਨੂੰ ਤੋੜੀਏ ਜੀ ਜੀ ਅਤੇ ਕੁਛ ਲੰਮੇ ਜਿਹੜੇ ਆਪਣੀ ਜ਼ਿੰਦਗੀ ਨੂੰ ਦਈਏ ਹਾਂਜੀ ਅਤੇ ਸਾਡੇ ਵੇਖਣ ਵਾਲੇ ਜਿਹੜੇ ਭੈਣ ਭਰਾ ਨੇ ਉਹ ਯਕੀਨਨ ਖੁਸ਼ ਹੋਣਗੇ ਕਿ ਹਾਕਣ ਵਾਸਤੇ ਤਾਰਾ ਆਪਣੇ ਵਾਸਤੇ ਵੀ ਉਹਨੇ ਕੁਛ ਲੰਮੇ ਕੱਢੇ ਨੇ ਜੀ ਅਤੇ ਇਹ ਫਰੂਟਰ ਆ ਜਿਹੜਾ ਕਿ ਨਾ ਕਿੰਨੂ ਆ ਨਾ ਮਾਲਟਾ ਦਰਮਿਆਨ ਨਾ ਫਰੂਟਰ ਹੁੰਦਾ ਵਾ ਇਹਦਾ ਪਹਿਲੇ ਮਿੱਠਾ ਹੋ ਜਾਂਦਾ ਵਾ ਹਾਂਜੀ ਅਤੇ ਇਹ ਜ਼ਿਮੀਂਦਾਰ ਜਿਹੜੇ ਨੇ ਜਿਹਨਾਂ ਬਾਗ ਲਾਏ ਨੇ ਉਹਨਾਂ ਨੂੰ ਉਹਦੇ ਘਰ ਨੂੰ ਬਾਗ ਲੱਗ ਜਾਂਦਾ ਬਿਲਕੁਲ ਬਾਗ ਤੋਂ ਮੁਰਾਦ ਆ ਇੱਕ ਤਾਂ ਦਿਲ ਬਾਗ ਬਾਗ ਹੋਣਾ ਹਾਂਜੀ ਇੱਕ ਹੁੰਦੇ ਆ ਕਿ ਬਾਗ ਲੱਗ ਜਾਂਦੇ ਬਾਗ ਮਤਲਬ ਇਹ ਆ ਕਿ ਉਸ ਘਰ ਦੇ ਵਿੱਚ ਨਸਲਾਂ ਵਾਸਤੇ ਜਿਹੜੀਆਂ ਆਉਣ ਵਾਲੀਆਂ ਨਸਲਾਂ ਹੁੰਦੀਆਂ ਉਹਨਾਂ ਵਾਸਤੇ ਹਰ ਸਾਲ ਰਿਜ਼ਕ ਦਾ ਬੰਦੋਬਸਤ ਹੋ ਜਾਂਦਾ ਹਾਂਜੀ ਇਹ ਤੁਹਾਡੇ ਖੱਬੇ ਹੱਥ ਹੈ ਸਾਗ ਦੀ ਫਸਲ ਆ ਹਾਂਜੀ ਇਹ ਚੁੱਕੇ ਸਾਗ ਤੋੜ ਲਿਆ ਗਿਆ ਵਾ ਹੁਣ ਇਹ ਪੌਦੇ ਬਣ ਗਏ ਨੇ ਪੌਦੇ ਬਣ ਗਏ ਨੇ ਹਾਂਜੀ ਤੇ ਅੱਗੇ ਤੁਹਾਨੂੰ ਸਾਗ ਵੀ ਦਿਖਾਵਾਂਗਾ ਤੇ ਇਹ ਅੱਗੇ ਦੇਖੋ ਤੁਸੀਂ ਇਹ ਕਿਹੜੇ ਕਿਹੜੇ ਖੂਬਸੂਰਤ ਪੌਦੇ ਨੇ ਹਾਂਜੀ ਦੇਖੋ ਨਾ ਇਹ ਕਿਤਨੇ ਕਿਤੇ ਪਿਆਰੇ ਇਹ ਦੇਖੋ ਜੀ ਹਾਂ ਕਿਤਨੇ ਪਿਆਰੇ ਲੱਗ ਵੈਸੇ ਹੀ ਪੌਦਾ ਖੂਬਸੂਰਤ ਲੱਗ ਰਿਹਾ ਵਾ ਔਰੇਂਜ ਕਲਰ ਗ੍ਰੀਨ ਕਲਰ ਖੁਦਾ ਦੀ ਨੇਚਰ ਔਰ ਇਹ ਖੁਸ਼ਹਾਲੀ ਆ ਔਰ ਇਹ ਪੌਦੇ ਆਕਸੀਜਨ ਛੱਡਦੇ ਨੇ ਮਾਹੌਲ ਕਿਉਂ ਪਿੰਡਾਂ ਦੇ ਲੋਕ ਜਿਹੜੇ ਦਿਹਾਤ ਦੇ ਲੋਕ ਕਿਉਂ ਜ਼ਿਆਦਾ ਸਿਹਤਮੰਦ ਨੇ ਜੀ ਕਿਉਂ ਜ਼ਿੰਦਗੀ ਜਿਹੜੀ ਆ ਬੜੀ ਅੱਛੀ ਅੱਛੀ ਹੈ ਹਾਂਜੀ ਚਲੋ ਅੱਗੇ ਦੇਖਦੇ ਹਾਂ ਇਹ ਦੇਖੋ ਜੀ ਇਹ ਪੌਦਾ ਦੇਖੋ ਨਾ ਇੱਕ ਪੌਦੇ ਉੱਤੇ ਹਜ਼ਾਰਾਂ ਤਾਦਾਦ 'ਚ ਕਿੰਨੂੰ ਲੱਗਿਆ ਆਹ ਫਰੂਟ ਲੱਗਿਆ ਇਨਸਾਨ ਨੂੰ ਇਸ ਪੌਦੇ ਤੋਂ ਇੱਕ ਸਬਕ ਸਿੱਖਣਾ ਚਾਹੀਦਾ ਵਾ ਕਿ ਉਹ ਟੁੱਟ ਗਿਆ ਵਾ ਡਿੱਗਦਾ ਢਹਿੰਦਾ ਵੀ ਉਹ ਆਪਣਾ ਫਲ ਦੇ ਰਿਹਾ ਵਾ ਫਲ ਦੇ ਰਿਹਾ ਵਾ ਦਰਖਤ ਆਪਣੇ ਫਲੋਂ ਸੇ ਪਹਿਚਾਨਾ ਜਾਤਾ ਹੈ ਜੀ ਬੁਰਾ ਦਰਖਤ ਆਪਣੇ ਬੁਰੇ ਫਲ ਸੇ ਔਰ ਅੱਛਾ ਦਰਖਤ ਆਪਣੇ ਅੱਛੇ ਫਲ ਸੇ ਅੱਛੇ ਫਲ ਸੇ ਪਹਿਚਾਨਾ ਜਾਤਾ ਹੈ ਅੱਲਾਹ ਪਾਕ ਦਾ ਹੁਕਮ ਆ ਕਿ ਅਗਰ ਉਹ ਦਰਖਤ ਜਿਹੜਾ ਤੁਹਾਨੂੰ ਫਲ ਨਹੀਂ ਦਿੰਦਾ ਉਹਨੂੰ ਕੱਟ ਦਿਓ ਉਹਨੂੰ ਕਾਟ ਦਿਓ ਕਿ ਜਿਹੜਾ ਫਲ ਨਹੀਂ ਦਿੰਦਾ ਜੀ ਜੀ ਲੇਕਿਨ ਜਿਹੜਾ ਦਰਖਤ ਫਲ ਦਿੰਦਾ ਵਾ ਬੇਸ਼ੱਕ ਉਹ ਗਿਰ ਹੀ ਗਿਆ ਵਾ ਲੇਕਿਨ ਉਹਨਾਂ ਜ਼ਿਮੀਂਦਾਰਾਂ ਨੇ ਉਹਨਾਂ ਕਾਸ਼ਤਕਾਰਾਂ ਨੇ ਉਹਨੂੰ ਸੰਭਾਲ ਕੇ ਰੱਖਿਆ ਵਾ ਜੀ ਔਰ ਉਹ ਫਲ ਦੇ ਰਿਹਾ ਉਹ ਫਲ ਦੇ ਰਿਹਾ ਵਾ ਇਹ ਇੱਕ ਮਿਸਾਲ ਇਨਸਾਨਾਂ ਵਾਸਤੇ ਕਿ ਇਨਸਾਨ ਡਿੱਗਦਾ ਢਹਿੰਦਾ ਵੀ ਹੋਵੇ ਅਲਹਮਦੁਲਿਲਾ ਆਪਣੀ ਆਉਣ ਵਾਲੀ ਨਸਲ ਵਾਸਤੇ ਆਉਣ ਵਾਲੀ ਦੁਨੀਆ ਵਾਸਤੇ ਆਉਣ ਵਾਲੀ ਨਸਲ ਵਾਸਤੇ ਜੀ ਉਹ ਫਲ ਦਿੰਦਾ ਰਵੇ ਦਿੰਦਾ ਰਵੇ ਹਿੰਮਤ ਨਾ ਹਾਰੇ ਹਿੰਮਤ ਨਾ ਹਾਰੇ ਹਾਂਜੀ ਤੇ ਆਓ ਅੱਗੇ ਔਰ ਇਸੇ ਤਰ੍ਹਾਂ ਇਨਸਾਨੀ ਜ਼ਿੰਦਗੀ ਦੀ ਵੀ ਮਿਸਾਲ ਆ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਜਦੋਂ ਜਹਦ ਕਰਦੇ ਰਹੋ ਜਦੋਂ ਜਹਦ ਦਾ ਫਲ ਮਿਲਦਾ ਨੇਕ ਨੀਤੀ ਦਾ ਫਲ ਮਿਲਦਾ ਐ ਅਸੀਂ ਤਾਂ ਜੀ ਉਹ ਕਿੰਨੂੰ ਲੈ ਰਹੇ ਹਾਂ ਔਰ ਇਨਸ਼ਾ ਅੱਲਾਹ ਕਿੰਨੂੰ ਤਕਸੀਮ ਕੀਤੇ ਜਾਣਗੇ ਜੀ ਜੀ ਅਸੀਂ ਤਾਂ ਕੋਈ ਇੱਕ ਦੋ ਹੀ ਖਾਵਾਂਗੇ ਹਾਂਜੀ ਲੇਕਿਨ ਇਹ ਕਿੰਨੂੰ ਜਿਹੜੇ ਨੇ ਇਹ ਅਸੀਂ ਨੇ ਬੜੇ ਮਸ਼ਹੂਰ ਹਾਂ ਕਿ ਇਹਨਾਂ ਨੇ ਸਾਡੇ ਵਾਸਤੇ ਸਪੈਸ਼ਲ ਕਿੰਨੂੰ ਜਿਹੜੇ ਨੇ ਇਹ ਤੋੜੇ ਨੇ ਜਿਹੜੇ ਰਿਚ ਕਲਰ 'ਚ ਨੇ ਜੀ ਜੀ ਬਿਲਕੁਲ ਦਿਖਾਓ ਜੀ ਜ਼ਰਾ ਸਾਰੇ ਕਿੰਨੂੰ ਦੇਖੋ ਜ਼ਰਾ ਜੀ ਰਿਚ ਕਲਰ 'ਚ ਨੇ ਇਹ ਨੇਮਤਾਂ ਜਿਹੜੀਆਂ ਨੇ ਅਸੀਂ ਜਿਸ ਖਾਣਾ ਖਾਂਦੇ ਹਾਂ ਅਤੇ ਇੱਕ ਦੁਆ ਮੰਗਦੇ ਹਾਂ ਕਿ ਅੱਲਾਹ ਪਾਕ ਜੋ ਰਿਜ਼ਕ ਤੂੰ ਨੇ ਹਮੇ ਅਤਾ ਫਰਮਾਇਆ ਹੈ ਅੱਲਾਹ ਪਾਕ ਉਸ ਰਿਜ਼ਕ ਕੇ ਦਰਵਾਜ਼ੇ ਸਭ ਪਰ ਖੋਲ ਦੇ ਅੱਲਾਹ ਪਾਕ ਜੋ ਹਮੇ ਨਿਮਤ ਅਤਾ ਫਰਮਾਈ ਹੈ ਉਸ ਨਿਮਤ ਕੋ ਸਭ ਕੇ ਲਈ ਖੋਲ ਦੇ ਖੋਲ ਦੇ ਅਤੇ ਅਸੀਂ ਦੁਆ ਕਰਦੇ ਹਾਂ ਅੱਲਾਹ ਪਾਕ ਕੋ ਕਿ ਅੱਲਾਹ ਪਾਕ ਇਹ ਨੇਮਤਾਂ ਜਿਹੜੀਆਂ ਨੇ ਔਰ ਤੁਮ ਆਪਣੇ ਖੁਦਾ ਕੀ ਕਿਸ ਕੌਣ ਕੌਣ ਸੀ ਨਿਮਤ ਕੋ ਚਕਲਾਓਗੇ ਇਹ ਦੇਖੋ ਇੱਕ ਨਿਮਤ ਨਹੀਂ ਹਜ਼ਾਰਾਂ ਨਿਮਤਾਂ ਹਜ਼ਾਰਾਂ ਨਿਮਤਾਂ ਵਾ ਬੇਸ਼ੁਮਾਰ ਅੱਲਾਹ ਪਾਕ ਨੇ ਇਨਸਾਨ ਵਾਸਤੇ ਨਿਮਤਾਂ ਤਾਂ ਕੀਤੀਆਂ ਔਰ ਤਾਂ ਜੀ ਮੈਂ ਹੋਰ ਗੱਲ ਕਰਾਂਗਾ ਇਹ ਫਰੂਟ ਜਿਹੜਾ ਨਾ ਜੀ ਜੀ ਜਿਤਨਾ ਖੂਬਸੂਰਤ ਨਾ ਇਹਦੀ ਤਸਵੀਰ ਵੀ ਉਤਨੀ ਖੂਬਸੂਰਤ ਹੈ ਹਾਂਜੀ ਇਸ ਕਰੋਨਾ ਵਾਇਰਸ ਦੇ ਵਿੱਚ ਜਿਹੜੀ ਸਭ ਤੋਂ ਇਫੈਕਟਿਵ ਚੀਜ਼ ਨਾ ਕਰੋਨਾ ਵਾਇਰਸ ਦੇ ਖਿਲਾਫ ਉਹ ਪਤਾ ਕੀ ਆ ਉਹ ਫਰੂਟਰ ਨਹੀਂ ਨਹੀਂ ਕਿੰਨੂ ਨਹੀਂ ਕਿੰਨੂ ਫਰੂਟਰ ਨਹੀਂ ਵਿਟਾਮਿਨ ਸੀ ਵਿਟਾਮਿਨ ਸੀ ਹਾਂਜੀ ਵਿਟਾਮਿਨ ਸੀ ਦਾ ਇੱਥੇ ਪੈਦਾ ਹੁੰਦਾ ਵਿਟਾਮਿਨ ਸੀ ਦਾ ਸਭ ਤੋਂ ਬੜਾ ਸੋਰਸ ਕੀ ਆ ਜੀ ਜੀ ਫਰੂਟਰ ਫਰੂਟਰ ਹਾਂਜੀ ਸਭ ਤੋਂ ਬੜਾ ਸੋਰਸ ਜੀ ਇਸ ਤੋਂ ਪਹਿਲੇ ਕਿ ਤੁਸੀਂ ਬਾਜ਼ਾਰ 'ਚ ਵਿਟਾਮਿਨ ਸੀ ਦੀਆਂ ਗੋਲੀਆਂ ਲੈ ਖਾਓ ਜਿਹੜਾ ਕੁਦਰਤ ਨੇ ਤੁਹਾਨੂੰ ਫਲ ਦਿੱਤਾ ਵਾ ਆਪਣੇ ਘਰ 'ਚ ਤਾਜ਼ਾ ਫਲ ਇਹ ਬਿਹਤਰੀਨ ਤਾਕਤ ਆ ਉਹਨੂੰ ਇਸਤੇਮਾਲ ਕਰੋ ਜੀ ਤਾਂ ਕਿ ਤੁਹਾਨੂੰ ਇਮਿਊਨਿਟੀ ਪੈਦਾ ਹੋਵੇ ਔਰ ਇਹ ਨੇਚਰ ਨੇ ਹਰ ਚੀਜ਼ ਦਾ ਇਲਾਜ ਵੀ ਰੱਖਿਆ ਵਾ ਬਿਲਕੁਲ ਤੇ ਵਿਟਾਮਿਨ ਸੀ ਜਿਹੜੀ ਆ ਇਹ ਵਫਰ ਮੁਕਤਾਜ ਦੇਤੀ ਆ ਹਰ ਗਰੀਬ ਖਾ ਸਕਦਾ ਅਮੀਰ ਖਾ ਸਕਦਾ
अल्लाह पाक की बेशुमार नेमतों विच और बेशुमार बीमारियों का इलाज भी है। तारा जी जी अजी खेतों खड़े हैं। हाँ जी। और सारा पिछला जो जिंदगी का कल्चर से ना जी वो याद आने लग पाया। पिछले दौर के जो फिल्म बनती सन जो शायर सन कलाम लिखते सन फिल्म गीत देंदे सन जी वो इस माहौल की अकासी करते अकासी करते से बिल्कुल। मसलन फर्ज करो नीले आसमान सन बादल सन तो गीत की लिखे जाते सन काली बदली चढ़ी समानी चिट्टी बदली चढ़ी समानी काला तितर बोलिया नी ना घर आया दिल दा जानी ना मैं दुख सुख फोलिया नी दिन बहुते हो गए। ये कल्चर सी है फिर देखो उदो तांगे होंदे सन। हाँ जी एक गाना बनया सीगा गीत है वो तांगा भरे सवारियां नाल फिर घोड़ा पशोरी मेरा टांगा लहोरी मेरा बैठो मियां जी बैठो लाला मैं हूं अलबेला टांगे वाला। इसे तरह ही जिमीदार की जिंदगी सी किसान जिंदगी सी देसी जिंदगी सी यह साग आ जो अज भी शहर के लोग बड़ी सगास समझते सगास समझते बिल्कुल। लेकिन पिंडा में बीबिया किवें तोड़दियां ने अज भी उस साग की फसल को खड़े हैं इन्हें सरों कहते हैं जी। ये मुड़ के सरों तेल बनता फुलों तो इन्हों फुलों तो शहद बनता कुदरत वेखो नेचर की चीज़ आ ए जो सरों के फुल होंगे ने तो शहद की मक्खी आँदी आ तो फिर यदा शहद सब तो बेहतरीन गिना जाता। हाँ जी यो ही फुल जोड़े ने जो बीज होंगे ने उनका देसी तेल बनता तेल बनता उन्होंने घ्यो बनता तो वह साग सी आ हुण तो नहीं हो गल लेकिन उदो जो शायर सन वो भी ये बारे गंदा लांदा साग ते मक्खन मकई गंदा लांदा साग ते मक्खन मकई लब के ले आईयां मैं सजना के लिए गंदा लांदा साग ते मक्खन मकई। हां जी के अल्लाह पाक साडे पाकिस्तान दे लोकां नूं इस देसी माहौल नूं विच जीण दा इन देखण दा ये पाकिस्तान बड़ा खूबसूरत मुल्क है। लेकिन बहुत फर्क आ गया हुण अपनी पिंडां दी जिंदगी गाँव दी जिंदगी च भी बहुत फर्क आ गया। पहले बहुत सादा लोग होंदे सी और बड़ा इंजॉय करदे सी हुण पिंडां च भी इंजॉय नहीं है हुण ते पिंडां दे विच भी बहुत ज्यादा जिहड़ा ना। चलो अज सानूं जिंदगी च हां जी बहुत देर बाद मौका मिलिया जी बिल्कुल। हां जी कि असीं कुछ खेतां जाके फसलां देखिए कुछ किन्नुआं दे पौधे देखिए फ्रूट देखिए कुछ कुछ लम्हे अपनी जिंदगी नूं देईए जी ते असीं दुआ करदे आ सब वास्ते अल्लाह पाक सब नू ऐसे मौके देवे कि थोड़ा थोड़ा वक्त अपने आसे कढ़न अपने बच्चियां वास्ते वक्त कढ़ो उन्हां नाल कुछ वक्त गुजारो हर वेले मशीनी तरह रोबोट की तरह काम 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 नहीं कुछ वक्त जिहड़ा वा इस तो पहले कि वह वक्त मुक जाए तो खुदा वालों बुलावा आ जाए इस कायनात नू वेखो तुरो फिरो और उहदा शुक्र अदा करो कि अल्लाह पाक तेरा शुक्र नियमतां बनाईआं ने कि साडे वास्ते बनाईआं ने और फिर मैं आखिर शुक्र अल्लाह पाक दा शुक्र अल्लाह पाक दा अपने खुदा की किस किस नियमत को कौन कौन सी नियमत को जितलाओगे। बहुत शुक्रिया अल्लाह हाफिज़। अल्लाह हाफिज़।